ਸਾਡੇ ਨਾਲ ਇੱਥੇ ਮੌਜੂਦ ਐਸੇ ਮਜ਼ਦੂਰ ਹਨ ਜਿਹੜੇ ਸਿੱਲਾਂ ਬਣਾਉਂਦੇ ਨੇ ਸਿੱਲਾਂ ਬਣਾਉਂਦੇ ਨੇ ਇਹਨਾਂ ਦੇ ਕਿਆ ਮਸਾਇਲ ਨੇ ਇਹਨਾਂ ਦੇ ਕਿਆ ਮੁਸ਼ਕਲਾਤ ਹਨ ਇਹਦਾ ਅੰਦਾਜ਼ਾ ਕਹੀਂ ਕੂ ਵੀ ਕਹਿੰਦੇ ਇਹ ਤਾਂ ਲੋਕ ਦੇਖਦੇ ਕਿ ਜਨਾਬ ਜਿੱਥੇ ਵੀ ਜਿਤਨੀਆਂ ਇਮਾਰਤਾਂ ਬਣ ਚੁੱਕੀਆਂ ਨੇ ਆਲੀਸ਼ਾਨ ਇਮਾਰਤਾਂ 'ਚ ਲੋਕ ਮਹਿਲਾਤ 'ਚ ਬਾਂਧਦੇ ਨੇ ਮਕਾਨ 'ਚ ਬਾਂਧਦੇ ਨੇ ਦੁਕਾਨ 'ਚ ਬਾਂਧਦੇ ਨੇ ਤਾਂ ਹੁਣ ਇਹਦੇ ਪਿੱਛੇ ਇਹਨੇ ਮਜ਼ਦੂਰਾਂ ਦਾ ਮਿਹਨਤ ਹੁੰਦੀ ਹੈ ਖੂਨ ਪਸੀਨਾ ਹੁੰਦੇ ਲੇਕਿਨ ਇਹਨਾਂ ਕੋਲ ਕਿਆ ਮਿਲਦੇ ਇਹਨਾਂ ਕੋਲ ਪੁੱਛਦੇ ਸੇ ਕਿ ਦੱਸੇ ਸੋ ਸਾਕੂ ਤੁਸੀਂ ਬਣੇ ਦੋ ਜਿਹੜਾ ਸਿਲਾ ਬਹੁਤ ਮੁਸ਼ਕਿਲ ਕੰਮ ਹੈ ਬਹੁਤ ਮੁਸ਼ਕਿਲ ਕੰਮ ਹੈ ਅਸਾਂ ਤਕਰੀਬਨ ਅਜ਼ਾਨ ਵੇਲੇ ਅੰਦੂ ਸਰਦੀ ਹੁੰਦੀ ਹੈ ਸਪਾਲੇ 'ਚ 1000 ਰੁਪਇਆ 1000 ਦਾ ਦਿੰਦੇ ਮਿੱਟੀ ਦਾ ਕੰਮ ਹੈ ਮਿੱਟੀ ਗਲਤ ਹੋਵੇ ਤਾਂ ਅਸਾਂ ਘਰ ਵੱਲ ਮੈਨੂੰ ਮਜ਼ਦੂਰੀ ਨਹੀਂ ਬਣਦੀ ਮਿੱਟੀ ਸਹੀ ਹੋਵੇ ਤਾਂ ਮਜ਼ਦੂਰੀ ਬਣਦੀ ਹੈ ਖਰਾਬ ਵਾਲੀ ਗੰਦ ਕੁਜੀ ਵਾਲੀ ਮਿੱਟੀ ਚਾ ਦੇਵਣ ਤੇ ਵਾਲਾ ਤਾਂ ਸਾਨੂੰ ਘਰ ਵੱਜਣਾ ਪੈਂਦਾ ਜਾਂ ਗਲਤ ਮਿੱਟੀ ਹੋਵੇ ਪਤਲੀ ਪੀ ਵਜੇ ਵੱਧ ਮਜ਼ਦੂਰੀ ਸਾਰੀ ਚੱਕ ਅਸਾਂ ਕੋਈ ਕਹੀਂ ਦਾ ਲੱਖ ਹੈ ਕਹੀਂ ਦਾ 2 ਲੱਖ ਹੈ 3 ਲੱਖ ਹੈ ਮਜ਼ਦੂਰੀਆਂ ਕਰਨ ਨੂੰ ਸਾਡੇ ਉੱਤੇ ਪੇਸ਼ ਕੀਆ ਜੇ ਮਿਸਾਲ 1000 ਕਮਨ ਦੇ ਉੱਤੇ 300 ਬੱਠੇ ਵਾਲਾ ਕੱਟ ਕਿੰਦੇ ਅੱਛਾ ਬੱਠੇ ਵਾਲਾ ਕਿਉਂ ਕਟੇਂਦੇ ਪੇਸ਼ ਕੀ ਚਾਬੀ ਜੀ ਦਿੱਤੀ ਗੜੇ ਮਤਲਬ ਪੈਸਾ ਐਡਵਾਂਸ ਚਾਰ ਪੈਸੇ ਜੀ ਸਾਡੀ ਪੂਰਾ ਹੀ ਨਹੀਂ ਥੀ ਅਸਾਂ ਕਿਨੋ ਪੂਰਾ ਹੀ ਥੀ ਨਹੀਂ ਅਸਾਂ ਕਮਨ ਦਾ ਮਤਲਬ ਹੈ ਹਫਤੇ ਦਾ 3000 2000 ਹਫਤੇ ਦਾ 2-3000 ਹਾਂ 2-3000 4000 ਕਮਨ ਅਟਾ ਹੈ 2500 ਰੁਪਏ 1500 ਦਾ ਪੂਰਾ ਮੇਲ ਨਹੀਂ ਮਿਲਦਾ ਹਿਸਾਬ 3000 ਕਮਨ 1500 ਕੱਟ ਕਿੰਦੇ ਬਾਕੀ ਸਾਹ ਕੋ 2500 ਵਾਲਾ ਦੇਣਾ 2500 ਰੇਟ ਜਿਤਾ ਤੁਸੀਂ ਫੀ ਇਹ ਜਿਹੜੀ ਸੇਲ ਹੈ ਹਾਂਜੀ ਇਹ ਮੈਂ ਚਾਤੀ ਖਣੀ ਹੈ ਇਸ ਫੀ ਸੇਲ ਤੁਸੀਂ ਕਿੰਨੇ ਰੁਪਏ ਦੀ 1 ਰੁਪਏ ਦੀ 1 ਰੁਪਏ ਦੀ 1 ਰੁਪਏ ਦੀ ਇੱਕ ਸੇਲ 1 ਰੁਪਏ ਮਜ਼ਦੂਰੀ ਦੇਣਾ ਨਹੀਂ ਹਿੰਦੇ ਚ ਤੁਸੀਂ ਬੜੇ ਹਿੰਦੇ ਚ ਕੀ ਕਰਾਣਾ ਪੁੰਦੇ ਹੀ ਇੱਕ ਸੇਲ ਬਣਾਉਣ ਵਾਸਤੇ ਇੱਕ ਸੇਲ ਕੋ ਬਣਾਉਣ ਵਾਸਤੇ ਅਸਾਂ ਹੁਣ ਗਾਰੇ ਪਲੇ ਸੋ ਠੀਕ ਹੈ ਗਾਰੇ ਸਵੇਰੇ ਗਾਰੇ ਬਲੇ ਸੋ ਬਲੇ ਸੋ ਬੋਲਾਂ ਕੋ ਦੋਬੀ ਮਰੇ ਸੋ ਟੋਕੀ ਲੈ ਸੋ ਠੀਕ ਹੈ ਉਹਦੇ ਬਾਅਦ ਅਸਾਂ ਪੇੜ ਤੇ ਗਨਵੇ ਸੋ ਕੋ ਥਪੇ ਸੋ ਬਹੁਤ ਮੁਸ਼ਕਿਲ ਹੈ ਬਹੁਤ ਮੁਸ਼ਕਿਲ ਯਾਨੀ ਕਿ ਤੁਸੀਂ 3 ਜਾੜੇ ਦੇ ਤੇ 1 ਰੁਪਿਆ ਕਮੇ ਦੋ ਜੀ ਹਾਂ ਸਵੇਰੇ ਖਲਾ ਤੇ ਸ਼ਾਮ ਤੱਕ ਅਸਾਂ ਇੱਕ ਹੋ ਜਾਂਦਾ ਸਾਨੂੰ ਇਹਦਾ ਕੋਈ ਰੇਟ ਵਧਿਆ ਬੰਜੇ ਤੁਸੀਂ ਆਪਣਾ ਇਤਜਾਜ ਜੀ ਹਾਂ ਇਤਜਾਜ ਕਿਹਦੇ ਨਾਲ ਕਰੂੰ ਸਾਡੀ ਤੇ ਸੁਣਦੇ ਮਾਲਕ ਤੇ ਫੰਡ ਮਾਰੀ ਬੈਠਣ ਨਹੀਂ ਤੁਸੀਂ ਸਾਰੇ ਜਿਹੜੇ ਮਜ਼ਦੂਰ ਹੋ ਤੁਸੀਂ ਆਪਸ ਵਿੱਚ ਇੱਕਾ ਕਿਉਂ ਨਵੇਂ ਕਰੇ ਕੋਈ 1400 ਦਾ ਰੇਟ ਹੈ ਹਾਂ 1400 ਦਾ ਰੇਟ ਹੈ ਇਸਾ ਅਸਾਂ ਹੁਣ ਬੱਠ ਬੰਦ ਬਸ ਕਰ ਵੈਸ ਬਲੇ ਅਸਾਂ ਇੱਕ ਘਰ ਗਿਓ ਬਲੇ ਅਸਾਂ ਰੇਟ ਕੋਈ ਵਧੇ ਸਾਡਾ ਬੱਠੇ ਵਾਲੇ ਆਪਸ ਵਿੱਚ ਮੀਟਿੰਗ ਕੀ ਹਫਤਾ ਹੈ ਕਿਉਂ ਕਰੇ ਨੂੰ ਇਹਨਾਂ ਦੀ ਮੀਟਿੰਗ ਤੇ ਵੰਦੀ ਹੈ ਅੱਛਾ ਬੱਠੇ ਬੰਦ ਚੱਕ ਰਹੇ ਨੇ ਬਲੇ ਮਜ਼ਦੂਰ ਹਨ ਆਪੇ ਵਾਲਾ ਬਾਲਾ ਸਾਨੂੰ ਬਿਆ ਕੰਮ ਨਹੀਂ ਕਰ ਸਕਦੇ ਅੱਛਾ ਅਸਾਂ ਵਾਲਾ ਪਿਛੇ ਬੋਕ ਕਰਨ ਵਾਲਾ ਬਾਲਾ ਨੂੰ ਸਿੱਲਾਂ ਤਾਂ ਬੈਨੂ ਅਸਾਂ ਨੂੰ ਹਫਤਾ ਬਹਿ ਗਿਓ ਤੁਸੀਂ ਵੀ ਰੇਟ ਨਹੀਂ ਵਧਦਾ ਸਾਡੇ ਬੇ ਮਸਾਇਲ ਹਨ ਕਰਨਾ ਨਾ ਰੜੀਆਂ ਨਾ ਕੋਈ ਹੈ ਕਿ ਤੁਸੀਂ ਵੀ ਮਜ਼ਦੂਰੀ ਨਹੀਂ ਮਸਲ ਤੁਸੀਂ ਨੌਜਵਾਨ ਹੋ ਤੁਸੀਂ ਮਤਲਬ ਵੀ ਮਜ਼ਦੂਰੀ ਤਾਂ ਕਰ ਸਕਦੇ ਹੋ ਅਗਰ ਇਹ ਤੱਕ ਬਲੈਕ ਮਿਲ ਕੀਤੀ ਕਰੇ ਅਗਰ ਕਰ ਨਹੀਂ ਸਕਦੇ ਤਾਂ ਵਾਲਾ ਮਜ਼ਦੂਰੀਆਂ ਕਾ ਨਹੀਂ ਬੀਬੀ ਕੋਈ ਮਜ਼ਦੂਰੀ ਨਹੀਂ ਰੜੀਆਂ ਨਹੀਂ ਸਾਰੇ ਰੜੀਆਂ ਨਹੀਂ ਬਿਆ ਗੁਜ਼ਾਰਾ ਕਾ ਨਹੀਂ ਰੜੇ ਦੇ ਪੈਸੇ ਅਸਾਂ ਨੇ ਕਹਿੰਦੇ ਸਾਰੇ ਕਨ ਬਲੀ ਰੜੀ ਨਹੀਂ ਕਰੇ ਬਾਹਰ ਇਤਨੀ ਪੈਸੇ ਕਨ ਬਲੀ ਬੰਦਾ ਕਰੇ ਕੋਈ ਰੇੜੀ ਲਾ ਕਰੇ ਮੇਰਾ ਪਈ ਹੈ ਅੱਛਾ ਹਕੂਮਤ ਜਿਹੜੇ ਹਕੂਮਤ ਦੇ ਤਹਿਤ ਵੀ ਛੋਟੇ ਕਰਜ਼ੇ ਦੇਣੀ ਪਈ ਹੈ ਬੈਂਕ ਚ ਵੀ ਮਜ਼ਦੂਰਾਂ ਨੂੰ ਕਿ ਤੁਸੀਂ ਆਪਣੇ ਘਰ ਬੈਠੇ ਛੋਟੇ ਕਾਰੋਬਾਰ ਕਰੋ ਤੁਸੀਂ ਉਹ ਅਪਲਾਈ ਕਰਨਵੇਂ ਕੀਤਾ ਉਹ ਸਭ ਅਸਾਂ ਅੱਜ ਤਣੀ ਉਹ ਤਣੀ ਪਹੁੰਚੇ ਨਹੀਂ ਸੀ ਅਸਾਂ ਬੈਂਕ ਚਾਹ ਤੇ ਬੈਂਕ ਚਾਹ ਤੇ ਮਤਲਬ ਸੋਚ ਸੋ ਜਦੋਂ ਬੇਲੇ ਅਸਾਂ ਚਾਹ ਦੇ ਕਰੋ 5000 ਪੱਟਿਆ ਲਈ ਕੱਟਿਆ ਮਤਲਬ ਬੈਂਕ ਚ ਕਿਵੇਂ ਲਾ ਤੇ ਸਾਡਾ ਮੇਲ ਨਹੀਂ ਮਿਲਦਾ ਕੋਈ ਆਮਦਨੀ ਹੋਵੇ ਤਾਂ ਜੇ ਬੰਦਾ ਪਿੱਛੇ ਗੰਜਾ ਜਾਵੇ 40-50 ਹਜ਼ਾਰ ਹੋਵੇ ਵਾਲਾ ਪਿੱਛੇ ਗੰਢੀ ਚ ਬੰਦੇ ਕੋਈ ਕਰੇ ਹੁਣ 5-20 ਦੇ ਚਾਹੋਂ 4-5 ਬਾਲ ਉਹਨਾਂ ਦੇ ਖਾ ਰਹੇ ਸੋ ਬਾਤ ਹੁੰਦੇ ਬੈਂਕ ਦੇ ਕਰਦਾ ਹੀ ਹਾਂ ਬੱਠੇ ਵਾਲੇ ਦੇ ਕਰਦਾ ਹੀ ਬੈਂਕ ਦੇ ਕਰਦਾ ਹੀ ਜੀ ਹਾਂ ਲੂ ਪਾਸੇ ਕੀ ਅਸਾਂ ਇੱਕ ਵਜੇ ਤੋਂ ਇਹਦਾ ਰੇਟ ਕੁਝ ਵਧਿਆ ਵੀ ਕਮ ਆਦਾ ਤੁਸੀਂ ਸਾਦੋ ਕਿ ਕਮ ਆਸ ਗਏ ਕਿਤਨਾ ਮਤਲਬ 1400 ਰੁਪਏ 1400 ਦਾ ਰੇਟ ਹੈ ਜੀ ਹਾਂ ਰੇਟ ਤੇ ਇਹ ਮਤਲਬ ਮਾਲਕ ਵੀ ਕਹਿੰਦੇ 8 ਰੁਪਏ ਦੀ ਸੇਲ ਪੱਕੀ ਹੋਈ ਸਾ ਕੋ ਦੇ ਰੁਪਿਆ ਸਾ ਕੋ 2 ਰੁਪਏ 2 ਨਾਲ ਦੇ 1.5 ਰੁਪਏ ਦੇ ਵੇਂਦਾ ਅੱਛਾ ਬਣਾਈਦਾ ਠੀਕ ਜੀ ਹਾਂ ਠੀਕ ਹੈ ਇਥਾ ਇਹਦਾ ਮਤਲਬ ਮਾਲਕ ਨਾਲ ਗੱਲ ਕਰਨੀ ਕੋਸੀ ਨਾ ਜੀ ਜ਼ਾਹਿਰ ਮਾਲਕ ਨਾਲ ਕਿਤਨਾ ਜਾਣੇ ਸੁਕਦੀ ਹੈ ਸੇਲ ਵਾਲਾ ਇਹ ਹਫਤੇ ਦੇ ਬਾਅਦ ਸੁਕਦੀ ਇੱਕ ਹਫਤੇ ਬਾਅਦ ਸੁਕਦੀ ਹੈ ਯਾਨੀ ਕਿ ਰੁਪਏ ਬਣੇ ਤੋਂ ਅਗੂ ਉਹ ਪੱਕਾ ਤੇ 8 ਰੁਪਏ ਦੀ ਜੀ 8 ਰੁਪਏ ਦੀ ਕਿਤੇ ਨਾਲ ਅੱਛਾ ਇਹ ਜਿਹੜਾ ਮਾਲਕ ਹੈ ਕਿ ਇਹ ਮਿੱਟੀ ਇਹ ਸੇਲ ਆਪਣਾ ਗਾਰਾ ਇਹ ਰੇਤ ਹਰ ਸੇ ਇਹ ਪਾਣੀ ਮਾਲਕ ਇਹ ਮਾਲਕ ਮਾਲਕ ਹੁਣ ਸਿਲੇ ਦਾ ਰੇਟ 18000 ਦਾ ਚੱਕਰ ਠੀਕ ਹੈ ਇਹ ਰੇਟ ਸਾਰਾ ਉਹ ਇੱਕੋ ਆ ਹੁਣ ਠੀਕ ਹੈ 26000 ਦਾ ਚੱਕਰ ਸਾਡਾ ਉਹ 1000 ਰੁਪਿਆ ਹੈ ਪਰ ਉਹ ਖੜੇ ਤੇ ਉਹ ਬਥੇਂਦੇ ਵੰਦਨ ਤੋਂ ਸਾਰਾ ਨਹੀਂ ਬਥੇਂਦਾ ਅਸਾਂ ਇਹੋ ਕੋ ਜਦੋਂ ਅਸਾਂ ਸਾਰਾ ਰੈਟ ਦਾ ਵਧਾ ਨਾ ਅਸਾਂ ਨੇ ਮਿਹਨਤ ਕਰੇ ਨੂੰ ਤਾਂ ਸਾ ਕੋ ਮਿਹਨਤ ਤੇ ਪੂਰੀ ਨਹੀਂ ਮਿਲਦੀ ਠੀਕ ਇਹ ਗੱਲ ਹੈ ਅੱਛਾ ਇਹ ਨੰਬਰ ਹੁੰਦਾ ਇਹਨਾਂ ਤੇ ਇਹ ਕੀ ਚੱਕਰ ਹੁੰਦਾ ਇਹ ਨੰਬਰ ਲਾਇਸੈਂਸ ਨੰਬਰ ਟੈਲੇ ਨੇ ਉਹ ਨੰਬਰ ਮਿਲਿਆ ਹੈ ਨਾ ਹਕੂਮਤ ਦੇ ਥਰੂ ਅੱਛਾ ਇਹ ਵਾਲਾ ਲਾਇਸੈਂਸ ਹੁੰਦਾ ਜੀ ਹਾਂ ਜੀ ਠੀਕ ਬਟ ਟੈਲੇ ਨੇ ਲਾਇਸੈਂਸ ਇਹ ਬੱਠੇ ਦਾ ਬਿਆਨ ਦੇ ਇਹਦਾ ਬਿਆਨ ਅੱਛਾ ਹਰ ਬੱਠੇ ਦਾ ਆਪਣਾ ਅੱਛਾ 20 ਸੈਲ ਇੱਕ ਇਹ ਤਾਂ ਮੋਟੀ ਸੈਲ ਬਣਦੀ ਵੀ ਹੈ ਪਤਲੀ ਸੈਲ ਪਤਲੀ ਬਣਦੀ ਹੈ ਉਹ ਵੀ ਥਮ ਟਾਇਮ ਨਾਲ ਆਪਣੇ ਦੋ ਸੱਤ ਬਣਦੀ ਉਹ ਹੀ ਬਣਦੀ ਹੈ ਹੁੰਦਾ ਵੀ ਉਹ ਰੇਟ ਹੁੰਦਾ ਜਾਂ ਦਾ ਘੱਟ ਹੁੰਦਾ ਵੱਧ ਹੁੰਦਾ ਹੁੰਦਾ 1500 ਉਹ ਵਾਲਾ ਪਿਛਾ ਤੋਂ ਬਣਦਾ ਉਹ ਲੁੱਕੀ ਬਣਦੀ ਹੈ ਨਹੀਂ ਬਣਦੀ ਅੱਛਾ ਚੰਗਾ ਬੰਦਾ ਜਿਹੜਾ ਕਾਰੀਗਰ ਹੋਵੇ ਪੇੜ ਮਿੱਟੀ ਸੋਹਣੀ ਚੰਗੀ ਹੋਵੇ ਅੱਛਾ ਜਿਹੜੇ ਜੇ ਕੰਡੇ ਮੰਡਣ ਉਹ ਵਾਲਾ ਇੱਕ ਚੱਕਾ ਸਰਵੇ ਨੂੰ ਤਪੇਂਦਨ ਉਹ ਇੱਕ ਜਿਆਦਾ ਤਪੇਂਦਨ ਬੰਦਾ ਕਰੇ
ਉਹਦੀ ਮੁਸ਼ਕਲ ਬਹੁਤ ਹੈ ਉਹਦੀ ਮੁਸ਼ਕਲ ਕਿਰਾਏ ਵਾਲੀ ਗਾਰਾ ਬਲਾਉਣਾ ਕੋਈ ਅੱਛਾ ਬਹੁਤ ਮੁਸ਼ਕਲ ਹੈ ਜੀ ਨਾਜ਼ਰੀਨ ਤੁਸੀਂ ਇੱਥੇ ਵੇਖੇ ਮਜ਼ਦੂਰ ਕਿੰਨੀ ਮੁਸ਼ਕਲ ਦਾ ਸ਼ਿਕਾਰ ਹਨ ਜਿਹੜੀ ਮਜ਼ਦੂਰੀਆ ਮਤਲਬ ਵਧਿਆ ਵੇਂਦਨ ਅਗੂ ਲੇਕਿਨ ਇਹ ਮਜ਼ਦੂਰ ਉੱਥੇ ਹੀ ਦੁੱਥੇ ਇਕਣਾ ਗੁਰ ਪੈਸੇ ਇਹਨਾਂ ਦਾ ਮੁਤਾਲਬਾ ਹੈ ਚਲੋ ਤੁਸੀਂ ਮਾਲਕ ਮਾਲਕ ਜਿਹੜਾ ਬੱਠੇ ਵਾਲਾ ਹੈ ਜਿਹੜਾ ਸਿਲਾਂ ਬਣਵੇਂਦੇ ਅਗਰ ਉਹ 8 ਰੁਪਏ ਵਿੱਚ ਵੇਚੇ ਤਾਂ ਕਮ ਅਜ਼ ਕਮ ਉਹਨਾਂ ਸਾ ਰੁਪਿਆ ਨਾ ਵਧਾਵੇ ਤਾਂ 1.5 ਰੁਪਿਆ ਤਾਂ ਕਮ ਅਜ਼ ਕਮ ਜ਼ਰੂਰ ਵਧਾਵੇ ਸਾਡਾ ਹੱਕ ਵੀ ਪੜਦੇ ਅਤੇ ਯਕੀਨਨ ਅਰਬਾਬ ਇਖਤਿਆਰ ਜਿਹੜਾ ਕੁਰਾਮ ਕੋ ਦੇਖ ਸੀ ਯਕੀਨਨ ਮਜ਼ਦੂਰਾਂ ਦੀ ਮੁਸ਼ਕਲਾਤ ਨੂੰ ਮੱਦੇ ਨਜ਼ਰ ਰੱਖਦੇ ਭੱਟਾ ਮਾਲਕਾਂ ਨੂੰ ਪਾਬੰਦ ਕੀਤਾ ਕਰੇ ਸੀ ਕਿ ਜਨਾਬ ਇਹਨਾਂ ਕੋ ਮਜ਼ਦੂਰੀ ਵਧਾਈ ਵਣੀ ਉਹ ਫੀ ਸੈਲ ਰੁਪਿਆ ਨਾ ਤਾਂ 50 ਪੈਸਾ ਜ਼ਰੂਰ ਨਿਕਲੀ ਤੀ ਵਣੀ ਕਿਉਂਕਿ ਜਿਤਨੀ ਇਹ ਮਿਹਨਤ ਕਰੇ ਨਾ ਉਤਨਾ ਮੁਆਵਜ਼ਾ ਇਹਨਾਂ ਕੋ ਕਹਿ ਨਹੀਂ ਮਿਲਦਾ ਇੱਕ ਤਸਵੀਰ ਬਣਾਈ ਤੀ ਹਾਂ